ਇੱਕ ਸਿਰਫਰੇ ਆਸ਼ਕ ਦੇ ਵੱਲੋਂ ਹੋਟਲ ਦੇ ਕਮਰੇ ਦੇ ਵਿੱਚ ਨਵਾਂ ਕਾਰਨਾਮਾ ਕੀਤਾ ਗਿਆ, ਆਪਣੀ ਪ੍ਰੇਮਿਕਾ ਦੇ ਨਾਲ ਕੁੱਟਮਾਰ ਕੀਤੀ, ਉਸ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਤੇ ਫਿਰ ਖੁਦ ਹੋਟਲ ਦੀ ਛੱਤ ਤੋਂ ਛਾਲ ਮਾਰ ਦਿੱਤੀ। ਦੋਵਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਲੁਧਿਆਣਾ ਦੇ ਬੱਸ ਸਟੈਂਡ ਨਜ਼ਦੀਕ ਹੋਟਲ K7 ਇਨ ਦੇ ਵਿੱਚ ਲੜਕਾ ਤੇ ਲੜਕੀ ਨੇ ਰੂਮ ਬੁੱਕ ਕਰਵਾਇਆ। ਇਹ ਲੜਕੀ ਦਾ ਪਹਿਲਾਂ ਵਿਆਹ ਹੋਇਆ, ਫਿਰ ਇਸ ਲੜਕੇ ਦੇ ਨਾਲ ਹੋਟਲ ਦੇ ਵਿੱਚ ਆਈ, ਦੋਵਾਂ ਨੇ ਰੂਮ ਬੁੱਕ ਕਰਵਾਇਆ। ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਬਹਿਸ ਹੋਈ, ਜਿਸ ਤੋਂ ਬਾਅਦ ਮੁੰਡੇ ਨੇ ਤੇਜ਼ਧਾਰ ਹਥਿਆਰ ਕੱਢ ਲਿਆ ਤੇ ਲੜਕੀ ਤੇ ਵਾਰ ਕੀਤੇ, ਖੂਨੋ ਖੂਨ ਕਰ ਦਿੱਤਾ, ਫਿਰ ਖੁਦ ਹੋਟਲ ਦੀ ਛੱਤ ਤੋਂ ਛਾਲ ਮਾਰ ਦਿੱਤੀ। ਦੋਵਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਕੌਣ ਨੇ, ਅਜਿਹੇ ਹਾਲਾਤ ਕਿਉਂ ਬਣੇ ਜਿਸ ਕਾਰਨ ਇਸ ਮੁੰਡੇ ਨੇ ਜਾਨਲੇਵਾ ਹਮਲਾ ਕੀਤਾ ਤੇ ਫਿਰ ਖੁਦ ਹੋਟਲ ਦੀ ਛੱਤ ਤੋਂ ਛਾਲ ਮਾਰ ਦਿੱਤੀ। ਹੋਟਲ 'ਚ ਪਤਾ ਨਹੀਂ, ਅਸੀਂ ਤੋਂ ਬਾਅਦ 'ਚ ਗਏ ਹਾਂ, ਪਹਿਲੇ ਉਹਨਾਂ ਦੇ ਸੱਟ ਪੇਟਾ ਲੱਗ ਗਈ ਸੀ, ਮੁੰਡੇ ਨੇ ਮਾਰਤੀ ਸੀ ਸੱਟ ਪੇਟਾ, ਮਤਲਬ ਕਿ ਆਪ ਉਹਨੇ ਫਿਰ ਉੱਤੋਂ ਛਾਲ ਮਾਰਤੀ ਸੀ। ਪਹਿਲੇ ਕੁੜੀ ਨੂੰ ਮਾਰਿਆ ਉਹਨੇ, ਕੁੜੀ ਕਹਿੰਦੀ ਮੇਰਾ ਗਲਾ ਘੋਟਿਆ ਉਹਨੇ ਅੰਦਰੋਂ, ਫਿਰ ਮੈਨੂੰ ਕੁੱਟਿਆ ਮਾਰਿਆ, ਦਾਹ ਮਾਰੇ, ਰਾੜ ਮਾਰੀ ਮੇਰੇ। ਅੱਛਾ, ਤੇਜ਼ਧਾਰ ਹਥਿਆਰ ਸੀ? ਹਾਂ, ਫਿਰ ਚਾਕੂ ਇੱਕ ਨਿਕਲੇ। ਅੰਡਰ ਕਰ ਲਏ ਪੁਲਿਸ? ਹਾਂਜੀ ਹਾਂਜੀ ਹਾਂਜੀ। ਤੇ ਕਿੰਨੇ ਵਜੇ ਦਾ ਮਾਮਲਾ ਇਹ? ਇਹ ਕੁਛ ਟਾਈਮ ਤੋਂ ਸ਼ਾਇਦ ਮੈਂ ਦੇਖਾਂ 2:30 ਵਜੇ ਸੀਗੇ। ਅੱਛਾ, ਜੇ ਗੱਲ ਕਰੀਏ ਜਿਹੜਾ ਮੁੰਡੇ ਨੇ ਫਿਰ ਮੁੜ ਕੇ ਛਾਲ ਮਾਰਤੀ? ਹਾਂਜੀ ਹਾਂਜੀ, ਫਿਰ ਮੁੰਡੇ ਨੇ ਖੁਦ ਛਾਲ। ਮੁੰਡੇ ਦੀ ਹਾਲਤ ਕਿਹੋ ਜਿਹੀ ਹੁਣ? ਮੁੰਡੇ ਦੀ ਹਾਲਤ ਹੁਣ ਦੇਖੋ ਸੀਰੀਅਸ ਹੈਗੀ ਹੈ। ਤੇ ਕੁੜੀ ਦੀ? ਕੁੜੀ ਦੀ ਥੋੜੀ ਨੋਰਮਲ ਹੈ। ਅੱਛਾ, ਕਾਰਨ ਕੀ? ਕਾਰਨ ਪਤਾ ਲੱਗਾ ਕੁਝ? ਕਾਰਨ ਨਹੀਂ ਸਰ ਪਤਾ ਉਹਨਾਂ ਦਾ। ਕੁੜੀ ਵੀ ਜ਼ਖਮੀ ਹੈ? ਕੁੜੀ? ਹਾਂਜੀ ਹਾਂਜੀ, ਕੁੜੀ ਨੇ ਵੀ ਦਾਤੂ ਤੋਂ ਮਾਰਿਆ? ਨਹੀਂ ਨਹੀਂ, ਕੁੜੀ ਨੇ ਕੁਝ ਨਹੀਂ ਮਾਰਿਆ, ਮੁੰਡੇ ਨੇ ਕੁੜੀ ਦੇ ਮਾਰੇ। ਹਾਂਜੀ ਹਾਂਜੀ। ਨਹੀਂ, ਕੁੜੀ ਮੁੰਡਾ ਹਸਬੰਡ ਵਾਈਫ ਹੈ ਕੋਣ? ਨਹੀਂ ਨਹੀਂ, ਹਸਬੰਡ ਵਾਈਫ ਨਹੀਂ ਹੈਗੇ, ਮਤਲਬ ਐਸਾ ਹੀ ਹੈ ਉਹਨਾਂ ਦਾ ਫੇਰ ਚੱਲਦਾ ਜੋੜਾ। ਇਹ ਜਿਹੜਾ ਇਹ ਜੋੜਾ ਆਇਆ ਸੀ ਲੁਧਿਆਣੇ ਦਾ ਸੀ ਕਿ ਲੁਧਿਆਣੇ ਤੋਂ ਬਾਹਰ? ਨਹੀਂ ਨਹੀਂ, ਇਹ ਇੱਧਰ ਹੀ ਦਾ ਸੀ, ਲੁਧਿਆਣੇ ਦਾ ਹੀ ਸੀਗਾ। ਲੁਧਿਆਣੇ ਦਾ ਹੀ ਹੈ? ਹਾਂਜੀ ਹਾਂਜੀ। ਕੁੜੀ ਵਿਆਹੀ ਹੋਈ ਸੀ? ਹਾਂਜੀ ਹਾਂਜੀ। ਰੂਮ ਲੈ ਕੇ ਨਾ ਉੱਥੇ ਬੱਸ ਸਟੈਂਡ ਦੇ ਨਾ ਹੋਟਲ K7 ਪੈਂਦਾ ਸੀਗਾ, ਉੱਥੇ ਲੜਕੀ ਦਾ ਨਾਂ ਹੈਗਾ ਹਰਮੀਤ ਕੌਰ, ਮੁੰਡੇ ਦਾ ਨਾਂ ਹਰਮੀਤ ਸਿੰਘ, ਲੜਕੀ ਦਾ ਨਾਂ ਹੈਗਾ, ਦੋਨੇ ਆਏ ਸੀ ਉੱਥੇ ਤੇ ਉੱਥੇ ਲੜਾਈ ਹੋ ਗਈ ਰੂਮ ਦੇ ਵਿੱਚ, ਅਤੇ ਰੂਮ ਤੋਂ ਬਾਅਦ ਲੜਨ ਬਾਅਦ ਮੁੰਡੇ ਨੇ ਕੁੱਟ ਤੋਂ ਛਾਲ ਮਾਰਤੀ, ਜਿਹਨੂੰ ਸਿਵਲ ਹੋਸਪਿਟਲ ਜਾ ਕੇ ਦਾਖਲ ਕਰਾ ਦਿੱਤਾ ਜੇਰੇ ਇਲਾਜ। ਅਤੇ ਦੱਸਿਆ ਯਾਰ, ਕੁੜੀ ਨਾਲ ਤੇਜ਼ਧਾਰ ਹਥਿਆਰ ਨਾਲ ਹਮਲਾ ਵੀ ਕੀਤਾ? ਇਹੋ ਜਿਹੀ ਕੋਈ ਗੱਲ ਨਹੀਂ ਆਈ, ਰਾਤੋਂ ਉੱਥੋਂ ਮਾਰੇ ਨਹੀਂ, ਕੋਈ ਕੁਛ ਇਹੋ ਜਿਹੀ ਚੀਜ਼ ਬਰਾਮਦ ਨਹੀਂ ਹੋਏਗੀ, ਵੈਸੇ ਹੀ ਕਿਸੇ ਮੁੱਕੀ ਹੋਇਆ, ਜੇ ਕੋਈ ਗੱਲ ਸਾਹਮਣੇ ਜ਼ਰੂਰ ਦੱਸਾਂਗੇ। ਕੁੜੀ ਨੂੰ ਵੀ ਸੱਟਾ ਉੱਟਾ ਕਾਫੀ ਲੱਗੀ? ਕੁੜੀ ਨੂੰ ਮਾੜਾ ਮੋਟਾ ਉੱਥੇ ਕੋਈ ਗਲਾਸ ਗਲੂਸ ਪਿਆ ਨਾ, ਉੱਥੇ ਮਾਰਿਆ ਉਹਦੇ ਮਾਰੇ ਗਲਾਸ ਗਲੂਸ ਮਾਰਿਆ ਸਿਰ ਦੇ ਵਿੱਚ, ਕੋਈ ਉਹੋ ਜਿਹੀ ਗੱਲ ਸਾਹਮਣੇ ਨਹੀਂ ਆਈ। ਫਿਰ ਮੁੰਡੇ ਨੇ ਛਾਲ ਮਾਰਤੀ? ਮੁੰਡੇ ਨੇ ਕੁੱਟ ਤੋਂ ਛਾਲ ਮਾਰਤੀ। ਕਿੰਨੀ ਮੰਜ਼ਿਲ ਤੋਂ ਮਾਰੀ? ਤਕਰੀਬਨ ਮੈਂ ਕਿਹਾ 4 ਮੰਜ਼ਿਲ। ਤੇ ਮੁੰਡੇ ਦੀ ਹਾਲਤ ਕਿਸ ਤਰ੍ਹਾਂ? ਠੀਕ ਹੈ, ਜੇਰੇ ਇਲਾਜ, ਦਾਖਲ ਕਰਾਦਾ ਸਿਵਲ ਹਸਪਤਾਲ। ਅੱਛਾ ਭਾਜੀ, ਕੀ ਮੈਟਰ ਹੈ? ਦੋਨੇ ਆਪਣੇ ਫਰੈਂਡ ਸੀ ਕਿ ਮੀਆਂ ਬੀਬੀ ਸੀ? ਇਹ ਜੇ ਪੁੱਛਗਿੱਛ ਕਰਨੇ ਆ ਬਾਅਦ ਚੋਂ, ਜੇ ਤਾਂ ਦਾਖਲ ਨੇ ਜੇ ਤਾਂ ਦੋਸ਼ ਹੈ ਕਿ ਫਿਰ ਪਤਾ ਲੱਗੂਗਾ। ਇਹ ਹੁਣ ਬਾਅਦ 'ਚ ਪਤਾ ਲੱਗੂਗਾ, ਕੁੜੀ ਵਿਆਹੀ ਹੋਈ ਸੀ? ਕੁੜੀ ਵਿਆਹੀ ਹੋਈ ਸੀ, ਮੁੰਡੇ ਨੂੰ ਮਿਲਣ ਆਈ ਸੀ। ਇਹੋ ਜਿਹਾ ਕੋਈ ਗੱਲ ਹੋਣੀ, ਬਾਅਦ 'ਚ ਦੱਸਾਂਗੇ ਵੈਰੀਫਾਈ ਕਰਕੇ। ਕੋਈ ਗੱਲ ਨਹੀਂ। ਕਿਹੜੇ ਥਾਣੇ ਦਾ ਮਾਮਲਾ ਸਰ? ਇਹ ਬੱਸ ਸਟੈਂਡ ਚੌਂਕੀ ਜ਼ਿਲ੍ਹਾ ਨੰਬਰ 5। ਕੁੜੀ ਮੁੰਡੇ ਕੀ ਰਹਿੰਦੇ ਨੇ? ਲੁਧਿਆਣੇ? ਲੁਧਿਆਣੇ ਰਹਿਣੇ ਦੋਨੇ। ਤੇ ਕਿੰਨੀ ਉਮਰ ਹੋ ਗਈ ਭਾਜੀ ਇਹਨਾਂ? ਲੱਗ ਹੁਣ ਇਹਨਾਂ ਦੀ 24-25 ਸਾਲ ਹੋਈ। ਤੇ ਮਾਤਾ ਪਿਤਾ ਪਤਾ ਲੱਗੂ? ਲੱਗ ਕੇ ਪਤਾ ਕਰ ਦਿੰਦਾ। ਸੀਸੀ ਕੈਮਰੇ ਦੇ ਵਿੱਚ ਕੀ ਆਏ ਆ ਤੂੰ? ਉਹ ਆਏ ਨੇ 1:10 ਤੇ ਆਏ ਨੇ ਜੀ, ਵੇਖ ਲੈ ਕੈਮਰੇ। ਸੀਸੀ ਕੈਮਰੇ ਦੀ ਫੁਟੇਜ ਆ ਗਈ ਤੁਹਾਡੇ? ਆ ਗਈ ਹੈਗੀ, ਉੱਥੇ ਕੈਮਰੇ 'ਚ ਹੈਗੀ ਜੀ।